ਤੇ ਵਕਫੇ ਦੇ ਬਾਅਦ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਵਿਚਾਰ ਵਟਾਂਦਰਾ ਕਰ ਰਹੇ ਹਾਂ ਅੱਜ ਅਸੀਂ ਆਮ ਆਦਮੀ ਪਾਰਟੀ ਪੰਜਾਬ ਆਮ ਆਦਮੀ ਪਾਰਟੀ ਨੂੰ ਲੈ ਕੇ। ਅਮਰਜੀਤ ਸਿੰਘ ਸਿੰਦੋਹਾ ਅਤੇ ਕੁਲਤਾਰ ਸਿੰਘ ਦੋ ਵਿਧਾਇਕ ਹਨ ਆਮ ਆਦਮੀ ਪਾਰਟੀ ਦੇ ਜੋ ਕਿ ਕੈਨੇਡਾ ਜਾ ਰਹੇ ਸਨ। ਉਹਨਾਂ ਨੂੰ ਕੈਨੇਡਾ ਦੀ ਇਮੀਗ੍ਰੇਸ਼ਨ ਅਥਾਰਟੀ ਨੇ ਵਾਪਸ ਭੇਜਤਾ ਅਤੇ ਆਮ ਆਦਮੀ ਪਾਰਟੀ ਦੇ ਲੀਡਰਸ ਕਹਿ ਰਹੇ ਨੇ ਕਿ ਸਾਨੂੰ ਬਦਨਾਮ ਕਰਨ ਦੀ ਇੰਟਰਨੈਸ਼ਨਲ ਪੱਧਰ 'ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੋਈ ਰੀਜ਼ਨ ਨਹੀਂ ਸੀਗਾ ਇਮੀਗ੍ਰੇਸ਼ਨ ਦੇ ਕੋਲ, ਇਮੀਗ੍ਰੇਸ਼ਨ ਨੇ ਸਾਨੂੰ ਵਾਪਸ ਭੇਜਤਾ, ਲੇਕਿਨ ਵੱਖ ਵੱਖ ਜਿਹੜੀਆਂ ਹੋਰ ਵਿਰੋਧੀ ਧਿਰ ਨੇ ਪਾਰਟੀਆਂ ਨੇ ਉਹ ਕਹਿੰਦੀਆਂ ਹੋਈ ਨਜ਼ਰ ਆ ਰਹੀਆਂ ਹਨ ਕਿ ਇਹਨਾਂ ਦੇ ਉੱਤੇ ਕ੍ਰਿਮੀਨਲ ਚਾਰਜਸ ਸੀਗੇ, ਇਸ ਲਈ ਕੈਨੇਡਾ ਨੇ ਇਹਨਾਂ ਨੂੰ ਐਂਟਰਟੇਨ ਨਹੀਂ ਕੀਤਾ, ਜਿਸ ਕਰਕੇ ਇਹਨਾਂ ਨੂੰ ਕੈਨੇਡਾ ਦੀ ਧਰਤੀ ਦੇ ਵਿੱਚ ਐਂਟਰ ਨਹੀਂ ਹੋਣ ਦਿੱਤਾ ਔਰ ਏਅਰਪੋਰਟ ਤੋਂ ਹੀ ਵਾਪਸ ਭਾਰਤ ਏਅਰਪੋਰਟ ਭੇਜ ਦਿੱਤਾ। ਲੇਕਿਨ ਕੁਲਤਾਰ ਸਿੰਘ ਔਰ ਅਮਰਜੀਤ ਸਿੰਘ ਸੰਦੋਹਾ ਦੇ ਕੋਲ ਕੋਈ ਵੀ ਇਹ ਪਾਸਪੋਰਟ ਦੇ ਵਿੱਚ ਗੱਲ ਨਹੀਂ ਹੈ ਕਿ ਲਿਖਿਆ ਹੋਇਆ ਕਿ ਇਹਨਾਂ ਨੂੰ ਡਿਪੋਰਟ ਕੀਤਾ ਗਿਆ। ਉਹਨਾਂ ਨੇ ਸਾਫ਼ ਕਿਹਾ ਕਿ ਸਾਨੂੰ ਡਿਪੋਰਟ ਸਟੈਂਪ ਨਹੀਂ ਲਾਈ ਗਈ ਹੈ। ਲੇਕਿਨ ਹੁਣ ਸਵਾਲ ਇੱਥੇ ਇਹ ਬਣਦੇ ਨੇ ਕਿ ਇੰਟਰਨੈਸ਼ਨਲ ਪਲੈਟਫਾਰਮ 'ਤੇ ਕੈਨੇਡਾ, ਅਮੈਰੀਕਾ, ਯੂਕੇ, ਯੂਰੋਪ ਵਰਗੀਆਂ ਜਿਹੜੀਆਂ ਹੁਣ ਮੁਲਕ ਨੇ ਉਹ ਹੁਣ ਸੀਨੀਅਰ ਲੀਡਰਸ ਦਾ ਬੈਕਗਰਾਊਂਡ ਚੈੱਕ ਕਰਨਗੀਆਂ, ਉਸ ਤੋਂ ਬਾਅਦ ਹੀ ਕੀ ਹੁਣ ਉਹਨਾਂ ਨੂੰ ਆਪਣੀ ਧਰਤੀ ਦੇ ਉੱਤੇ ਐਂਟਰ ਹੋਣ ਦੇਣਗੀਆਂ। ਕੀ ਆ ਇਸ ਲੈਵਲ ਦੀ ਗੱਲ ਹੋ ਰਹੀ ਹੈ ਜਾਂ ਫਿਰ ਕੋਈ ਨਾ ਕੋਈ ਰੀਜ਼ਨ ਹੋਣਾ ਹੈ ਕੈਨੇਡੀਅਨ ਇਮੀਗ੍ਰੇਸ਼ਨ ਦੇ ਕੋਲ ਜਿਸ ਕਰਕੇ ਇਹਨਾਂ ਨੂੰ ਕੈਨੇਡਾ ਦੀ ਧਰਤੀ ਦੇ ਉੱਤੇ ਨਹੀਂ ਆਉਣ ਦਿੱਤਾ ਗਿਆ। ਲੇਕਿਨ ਦੂਜੇ ਪਾਸੇ ਜਿਹੜੇ ਵਿਰੋਧੀ ਧਿਰ ਨੇ ਔਰ ਖੁਦ ਆਪ ਪੰਜਾਬ ਦੇ ਵਿਧਾਇਕ ਔਰ ਪੰਜਾਬ ਆਪ ਦੇ ਸੀਨੀਅਰ ਲੀਡਰ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਸਾਨੂੰ ਸੈਂਟਰਲ ਗਵਰਨਮੈਂਟ ਯਾਨੀ ਕਿ ਕੇਂਦਰ ਸਰਕਾਰ, ਮੋਦੀ ਸਰਕਾਰ ਸਾਨੂੰ ਇੰਟਰਨੈਸ਼ਨਲ ਪਲੈਟਫਾਰਮ ਦੇ ਉੱਤੇ ਬਦਨਾਮ ਕਰਨਾ ਚਾਹੁੰਦੀ ਹੈ। ਉਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਵੀ ਮੌਜੂਦ ਹੈ ਭਾਈਵਾਲ ਹੈ, ਕਿਉਂਕਿ ਉਹ ਵੀ ਲਗਾਤਾਰ ਚਾਹੁੰਦਾ ਕਿ ਆਮ ਆਦਮੀ ਪਾਰਟੀ ਇੰਟਰਨੈਸ਼ਨਲ ਪੱਧਰ 'ਤੇ ਆਪਣਾ ਨਾਮ ਨਾ ਬਣਾ ਸਕੇ, ਉਹਨਾਂ ਦਾ ਨਾਮ ਬਦਨਾਮ ਹੋਏ। ਲੇਕਿਨ ਇਸ ਨੂੰ ਲੈ ਕੇ ਹੁਣ ਡਾਇਲੋਗ ਜਿਹੜਾ ਪੰਜਾਬ ਦੇ ਵਿੱਚ ਸ਼ੁਰੂ ਹੋ ਚੁੱਕਿਆ ਪਬਲਿਕ ਡੋਮੇਨ ਦੇ ਉੱਤੇ, ਜਿਸ ਕਰਕੇ ਅਸੀਂ ਅੱਜ ਮੁੱਦਾ ਵੀ ਕਰ ਰਹੇ ਹਾਂ, ਇਹਦਾ ਕੰਕਲੂਜਨ ਤੁਸੀਂ ਵੀ ਕੱਢੋਗੇ। ਲੇਕਿਨ ਮੇਰੇ ਨਾਲ ਫੋਨ ਲਾਈਨ 'ਤੇ ਮੌਜੂਦ ਨੇ ਮਿਸਟਰ ਸ਼ਰਮਾ, ਜੋ ਕਿ ਲਗਾਤਾਰ ਸਾਡੇ ਸ਼ੋਅ ਦੇ ਵਿੱਚ ਆਉਂਦੇ ਨੇ ਔਰ ਪੰਜਾਬ ਦੀ ਰਾਜਨੀਤੀ ਨੂੰ ਬੇਹੱਦ ਅੰਦਰੋਂ ਦੀ ਜਾਣਦੇ ਹਨ। ਮਿਸਟਰ ਸ਼ਰਮਾ, ਵੀ ਵੈਲਕਮ ਯੂ ਔਨ ਆਰ ਸ਼ੋਅ ਅੱਜ ਦਾ ਮੁੱਦਾ। ਥੈਂਕ ਯੂ ਅਕੀਰ, ਇਟਸ ਪ੍ਰਿਵਿਲੇਜ ਟੂ ਬੀ ਔਨ ਯੋਰ ਸ਼ੋਅ। ਮਿਸਟਰ ਸ਼ਰਮਾ, ਜਿਹੜੀ ਗੱਲ ਅਸੀਂ ਹਮੇਸ਼ਾ ਕਰਦੇ ਸੀਗੇ ਕਿ ਪੰਜਾਬ ਆਪ ਯਾਨੀ ਕਿ ਆਮ ਆਦਮੀ ਪਾਰਟੀ ਤੋਂ ਇੰਟਰਨੈਸ਼ਨਲ ਪਲੈਟਫਾਰਮ ਦੇ ਉੱਤੇ ਵੀ ਜਿਹੜੇ ਸਾਡੇ ਵਿਊਅਰਸ ਨੇ, ਜਿਹੜੇ ਸਾਡੇ ਪੰਜਾਬੀ ਭਾਈਚਾਰੇ ਦੇ ਲੋਕ ਨੇ, ਉਹਨਾਂ ਨੂੰ ਉਮੀਦਾਂ ਸੀਗੀਆਂ ਔਰ ਉਮੀਦਾਂ ਹਜੇ ਵੀ ਹਨ। ਉਸ ਤੋਂ ਬਾਅਦ ਜੇਕਰ ਮੈਂ ਪੰਜਾਬ ਦੀ ਗੱਲ ਕਰ ਲਾਂ ਤਾਂ ਕਈ ਸਮਰਥਕ ਵੱਡੀ ਗਿਣਤੀ ਦੇ ਵਿੱਚ ਵਲੰਟੀਅਰਸ ਨੇ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਸੀਗਾ। ਕੀ ਤੁਹਾਨੂੰ ਲੱਗਦਾ ਕਿ ਵਾਕਈ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਨੂੰ, ਜਾਂ ਫਿਰ ਵਾਕਈ ਇਹਨਾਂ ਦੇ ਉੱਤੇ ਕ੍ਰਿਮੀਨਲ ਚਾਰਜਿਸ ਸੀਗੇ ਜਿਸ ਕਰਕੇ ਇਹਨਾਂ ਨੂੰ ਕੈਨੇਡਾ ਤੋਂ ਵਾਪਸ ਭੇਜਿਆ ਗਿਆ? ਕਿਉਂਕਿ ਲਗਾਤਾਰ ਕੰਟਰੋਵਰਸੀ ਔਰ ਆਮ ਆਦਮੀ ਪਾਰਟੀ ਇਹ ਦੋਨੋਂ ਨਾਲ ਵੇਖਣ ਨੂੰ ਮਿਲ ਰਹੀਆਂ ਹਨ। ਹਾਂ ਕਿ ਤੁਸੀਂ ਠੀਕ ਕਹਿ ਰਹੇ ਹੋ ਕਿ ਕੰਟਰੋਵਰਸੀ ਔਰ ਆਮ ਆਦਮੀ ਪਾਰਟੀ ਦਾ ਜਿਹੜਾ ਦਾ ਗੱਠਜੋੜ ਹੈਗਾ ਹਮੇਸ਼ਾ ਇਹਨਾਂ ਦਾ ਚੋਲੀ ਦਾਮਨ ਦਾ ਸਾਥ ਦਿਖਦਾ ਹੈ। ਬਟ ਜੋ ਕਿਹਾ ਜਾਂਦਾ ਕਿ ਆਮ ਆਦਮੀ ਪਾਰਟੀ ਜੋ ਦਿੱਲੀ ਦੇ ਵਿੱਚ ਲੈਫਟੀਨੈਂਟ ਗਵਰਨਰ ਔਰ ਸੈਂਟਰਲ ਗਵਰਨਮੈਂਟ ਦੇ ਨਾਲ ਉਹਨਾਂ ਦੀ ਟੱਸਲ ਚੱਲ ਰਹੀ ਉਹ ਤੇ ਹੈ ਹੀ ਹੈ, ਲੇਕਿਨ ਜੋ ਪੰਜਾਬ ਦੀ ਯੂਨਿਟ ਹੈ ਆਮ ਆਦਮੀ ਪਾਰਟੀ ਦੀ, ਇਹ ਹਮੇਸ਼ਾ ਕਈ ਵਜ੍ਹਾਵਾਂ ਦੇ ਨਾਲ ਨਿਊਜ਼ ਦੀਆਂ ਖਬਰਾਂ ਵਿੱਚ ਛਾਈ ਰਹਿੰਦੀ ਹੈ। ਜਿਹੜੀ ਹੁਣ ਇਹ ਨਵੀਂ ਖਬਰ ਆਈ ਹੈ ਇਹ ਕਿ ਜਿਹੜੇ ਦੋਵੇਂ MLA ਸੀ ਅਮਰਜੀਤ ਸਿੰਘ ਸੰਦੋਵਾ ਔਰ ਕੁਲਤਾਰ ਸਿੰਘ, ਇਹ ਕੈਨੇਡਾ ਗਏ ਸੀ ਓਟਾਵਾ ਏਅਰਪੋਰਟ ਤੇ ਤੇ ਉੱਥੇ ਦੀ ਕੈਨੇਡੀਅਨ ਅਥਾਰਟੀਜ਼ ਨੇ ਇਹਨਾਂ ਨੂੰ ਰੋਕਿਆ, ਇਹਨਾਂ ਨੂੰ ਪੁੱਛਤਾਛ ਕੀਤੀ ਔਰ ਪਹਿਲਾਂ ਇਹਨਾਂ ਨੂੰ ਡਿਟੇਨ ਕੀਤਾ ਗਿਆ ਔਰ ਉਸ ਤੋਂ ਬਾਅਦ ਇਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ। ਹੁਣ ਜੋ ਸਫਾਈ ਇਹ ਲੋਕ ਇਹਨਾਂ ਨੇ ਦਿੱਲੀ ਪਹੁੰਚ ਕੇ ਮੀਡੀਆ ਨੂੰ ਦਿੱਤੀ, ਇਹਨਾਂ ਦੋਨੋਂ MLA ਹੁਣ ਦਿੱਲੀ ਵਾਪਸ ਪਹੁੰਚ ਗਏ ਸੀਗੇ ਅੱਜ, ਤੇ ਉਹ ਇਹਨਾਂ ਨੇ ਜੋ ਮੀਡੀਆ ਨੂੰ ਸਫਾਈ ਦਿੱਤੀ ਔਰ ਇਹਨਾਂ ਨੇ ਇਹ ਕਿਹਾ ਕਿ ਸਾਡੀ ਜਿਹੜੀ ਟ੍ਰਿਪ ਸੀਗੀ ਇਟ ਵਾਜ਼ ਅ ਹੋਲੀਡੇ ਟ੍ਰਿਪ ਐਂਡ ਇਹਨਾਂ ਨੇ ਸ਼ਾਇਦ ਅਪਲਾਈ ਕੀਤਾ ਸੀ ਆਪਣੇ ਫੈਮਿਲੀ ਵੀਜ਼ੇ ਦੇ ਵਾਸਤੇ, ਫੈਮਿਲੀ ਵੀਜ਼ਾ ਵਾਸਤੇ, ਤੇ ਉਹ ਕਹਿੰਦੇ ਨੇ ਕਿ ਜਦੋਂ ਅਸੀਂ ਉੱਥੇ ਪਹੁੰਚੇ ਤੇ ਦੈਨ ਦੇ ਵਾਰ ਆਸਕਿੰਗ ਅਸ ਕਿ ਯੂ ਹੈਵ ਅਪਲਾਈਡ ਫੋਰ ਫੈਮਿਲੀ ਵੀਜ਼ਾ ਐਂਡ ਵੇਅਰ ਇਜ਼ ਯੋਰ ਫੈਮਿਲੀ, ਤੇ ਇਹਨਾਂ ਚੋਂ ਇੱਕ ਨੇ ਕਿਹਾ ਕਿ ਜੀ ਸਕੂਲਾਂ ਦੇ ਬੱਚਿਆਂ ਦੇ ਸਕੂਲ ਖੁੱਲੇ ਹੋਏ ਸੀ ਤੇ ਦੇ ਆਰ ਨਾਟ ਟਰੈਵਲਿੰਗ ਵਿਦ ਅਸ ਸੋ ਵੀ ਹੈਵ ਕਮ ਹੇਅਰ। ਅੱਛਾ, ਅਨਦਰ ਕਨਫਿਊਜ਼ਨ ਵਿਚ ਵਾਜ਼ ਕਮਿੰਗ ਦੇਅਰ ਕਿ ਇਹ ਪੁੱਛਣਾ ਚਾਹੁੰਦੇ ਸੀ ਕੈਨੇਡੀਅਨ ਅਥਾਰਟੀਜ਼ ਕਿ ਇਜ਼ ਇਟ ਯੋਰ ਪਰਸਨਲ ਟ੍ਰਿਪ ਔਰ ਇਜ਼ ਇਟ ਅ ਪੋਲੀਟੀਕਲ ਟ੍ਰਿਪ। ਉਹਨਾਂ ਨੇ ਕਿਹਾ ਜੀ ਪਰਸਨਲ ਟ੍ਰਿਪ ਹੈ ਬਟ ਆਰ ਯੂ ਗੋਇੰਗ ਟੂ ਹੋਲਡ ਸਮ ਪਬਲਿਕ ਮੀਟਿੰਗਸ, ਆਰ ਯੂ ਗੋਇੰਗ ਟੂ ਮੇਕ ਆਪਣੇ, ਉਹ ਕਹਿੰਦੇ ਜੀ ਅਸੀਂ ਇੱਥੇ ਆਏ ਹਾਂ ਆਮ ਆਦਮੀ ਪਾਰਟੀ ਦੇ ਸਾਡੇ ਕਾਰਜਕਰਤਾ ਇੱਥੇ ਨੇ, ਸਾਡੇ ਵਰਕਰਸ ਹੈਗੇ ਨੇ ਐਂਡ ਇਨ ਕੇਸ ਦੇ ਟੈਲ ਅਸ ਐਂਡ ਵੀ ਮਾਈਟ ਮੀਟ ਦੈਮ, ਵੀ ਮਾਈਟ ਹੋਲਡ ਅ ਮੀਟਿੰਗ ਵਿਦ ਦੈਮ, ਵੀ ਮਾਈਟ ਐਡਰੈਸ ਦਿਸ ਥਿੰਗ, ਤੇ ਦੈਨ ਦੇ ਆਰ ਟ੍ਰਾਈ ਟੂ ਆਸਕ ਦੈਮ ਕਿ ਜੀ ਤੁਸੀਂ ਅਗਰ ਪਬਲਿਕ ਮੀਟਿੰਗ ਕਰਨੀ ਹੈ ਜਾਂ ਕਿਸੇ ਆਪਣੇ ਪੋਲੀਟੀਕਲ ਕੋਈ ਮੀਟਿੰਗ ਕਰਨੀ ਹੈ ਤਾਂ ਉਹਦਾ ਸਾਨੂੰ ਆਪਣਾ ਆਈਟਨਰੀ ਦਿਓ ਜਾਂ ਸਾਨੂੰ ਉਹਦਾ ਪੂਰਾ ਪਲਾਨ ਬਣਾ ਕੇ ਦਿਓ ਐਂਡ ਦੈਨ ਦੀਸ ਗਾਈਜ਼ ਸੈਡ ਕਿ ਜੀ ਸਾਡਾ ਤਾਂ ਹਾਲੇ ਕੋਈ ਜਦੋਂ ਜਾਵਾਂਗੇ ਪਾਰਟੀ ਵਰਕਰਾਂ ਨੂੰ ਮਿਲਣਗੇ ਜੀ ਉਹ ਸਾਨੂੰ ਰਿਕੁਐਸਟ ਕਰਨਗੇ ਜੇ ਉਹ ਅਵੇਲੇਬਲ ਹੋਣਗੇ ਉਸ ਹਿਸਾਬ ਨਾਲ, ਨਥਿੰਗ ਦੋ ਆਈਟਨਰੀਜ਼ ਫਾਈਨਲਾਈਜ਼ ਰਾਈਟ ਨਾਓ। ਸੋ ਦੇਰ ਵਾਜ਼ ਸਮ ਕਨਫਿਊਜ਼ਨ ਬਿਕੋਜ਼ ਦੇ ਵਰ ਟ੍ਰਾਈਂਗ ਟੂ ਫਾਈਂਡ ਆਊਟ ਕਿ ਵੈਦਰ ਇਟ ਇਜ਼ ਅ ਪਰਸਨਲ ਟ੍ਰਿਪ ਔਰ ਅ ਪੋਲੀਟੀਕਲ ਟ੍ਰਿਪ ਐਂਡ ਦੀਸ ਟੂ ਗਾਈਜ਼ ਵਰ ਡਿਟੇਨਡ, ਇਹਨਾਂ ਨੂੰ ਡਿਟੇਨ ਕਰਕੇ ਉਸ ਤੋਂ ਬਾਅਦ ਇਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ। ਅੱਛਾ, ਉਸ
ਤੋਂ ਹੁਣ ਹੈ ਕਿ ਆਮ ਆਦਮੀ ਪਾਰਟੀ ਦੇ ਨਾਲ ਲੈਟਸ ਸੇ ਦਿਸ ਕਿ ਦੇਅਰ ਮਿਸਫੋਰਚੂਨ ਆਲਵੇਜ਼ ਕੰਟੀਨਿਊ ਇਨ ਪੰਜਾਬ ਪੰਜਾਬ ਦੇ ਵਿੱਚ ਕਿਉਂਕਿ ਆਮ ਆਦਮੀ ਪਾਰਟੀ ਕੋਈ ਨਾ ਕੋਈ ਮੁੱਦੇ ਵਿੱਚ ਫਸਦੀ ਰਹਿੰਦੀ ਹੈ ਔਰ ਜਦੋਂ ਆਮ ਆਦਮੀ ਵਾਲੇ ਨੇਤਾ ਜਿਹੜੇ ਕਿਸੇ ਖਿੜਕੀ 'ਚ ਫਸਦੇ ਨੇ ਤੇ ਉਹਨੂੰ ਦੂਜੀਆਂ ਪੋਲੀਟੀਕਲ ਪਾਰਟੀਆਂ ਉਸ ਮੁੱਦਾ ਉਹਨੂੰ ਚੱਕ ਕੇ ਉਹਨਾਂ ਨੂੰ ਮਿਲ ਜਾਂਦਾ ਇੱਕ ਕਿ ਸਾਡੇ ਵਾਸਤੇ ਇੱਕ ਮੁੱਦਾ ਮਿਲ ਗਿਆ ਐਂਡ ਦੈਨ ਦੇ ਆਰ ਟਰਾਇੰਗ ਟੂ ਮਤਲਬ ਰੇਜ ਦਿਸ ਇਸ਼ੂ ਵਿੱਚ ਆਮ ਆਦਮੀ ਪਾਰਟੀ ਇਜ਼ ਆਲਸੋ ਓਬਜੈਕਟਿਡ ਕਿ ਜੀ ਸਾਨੂੰ ਡਿਸਕ੍ਰੇਸ ਕਰਨ ਵਾਸਤੇ ਸਾਨੂੰ ਡਿਫੇਮ ਕਰਨ ਵਾਸਤੇ ਪੂਰਾ ਮੁੱਦਾ ਉਛਾਲਿਆ ਗਿਆ ਉਹਨਾਂ ਨੇ ਕਿਹਾ ਕਿ ਮੀਡੀਆ ਦੀ ਜਿਹੜੀ ਰਿਪੋਰਟਸ ਨੇ ਉਹ ਵੀ ਗਲਤ ਆਈਆਂ ਐਸਾ ਕੁਛ ਨਹੀਂ ਸੀ ਸਾਨੂੰ ਉਹਨਾਂ ਨੇ ਸਿਰਫ ਕੁਐਸਚਨਿੰਗ ਕੀਤੀ ਔਰ ਸਾਨੂੰ ਵਾਪਸ ਅਸੀਂ ਆ ਗਏ ਸਾਨੂੰ ਉਹ ਤੇ ਕਹਿੰਦੇ ਸਾਨੂੰ ਰਿਪੋਰਟ ਵੀ ਨਹੀਂ ਕੀਤਾ ਗਿਆ ਦੇ ਆਰ ਯੂਜ਼ਿੰਗ ਦਿਸ ਵਰਡ ਕਿ ਵੀ ਜਸਟ ਕੇਮ ਬੈਕ ਇਹ ਚੀਜ਼ ਹੈ ਨੋ ਬਟ ਇੱਥੇ ਸਵਾਲ ਤਾਂ ਇਹ ਬਣਦਾ ਨਾ ਕਿ ਤੁਹਾਨੂੰ ਕੋਈ ਨਾ ਕੋਈ ਤਾਂ ਕੈਨੇਡਨ ਕੈਨੇਡਾ ਇਮੀਗ੍ਰੇਸ਼ਨ ਅਥਾਰਟੀ ਦੇ ਕੋਲ ਕੋਈ ਨਾ ਕੋਈ ਤਾਂ ਅਜਿਹੀ ਗੱਲ ਹੋਏਗੀ ਜਿਸ ਕਰਕੇ ਉਹਨਾਂ ਨੂੰ ਵਾਪਸੀ ਭੇਜਿਆ ਗਿਆ ਉਸ ਤੋਂ ਬਾਅਦ ਜੇਕਰ ਮੈਂ ਗੱਲ ਕਰਾਂ ਅਮਰਜੀਤ ਸਿੰਘ ਸੰਦੋਹਾ ਦੀ ਉਹ ਆਪ ਥੋੜ੍ਹੇ ਦਿਨ ਪਹਿਲਾਂ ਹੀ ਅਸੀਂ ਖਬਰ ਵੀ ਕੀਤਾ ਸੀਗਾ ਮੁੱਦਾ ਵੀ ਕੀਤਾ ਸੀਗਾ ਕੁੱਟਮਾਰ ਦੇ ਵਿੱਚ ਉਹਨਾਂ ਦਾ ਨਾਂ ਆਇਆ ਸੀਗਾ ਔਰ ਜਿਸ ਕਰਕੇ ਉਹ ਕੌਂਟਰਵਰਸੀ ਦੇ ਵਿੱਚ ਵੀ ਵੇਖਣ ਨੂੰ ਮਿਲੇ ਸੀਗੀ ਖਬਰਾਂ ਬਣੀਆਂ ਸੀਗੀਆਂ ਔਰ ਇਹ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇਹਨਾਂ ਦੇ ਉੱਤੇ ਕ੍ਰਿਮੀਨਲ ਚਾਰਜਸ ਨੇ ਜਿਸ ਕਰਕੇ ਇਹਨਾਂ ਨੂੰ ਐਂਟਰਟੇਨ ਨਹੀਂ ਕੀਤਾ ਗਿਆ ਕੈਨੇਡਾ ਦੀ ਧਰਤੀ ਦੇ ਉੱਤੇ ਨਹੀਂ ਇਹ ਵੀ ਗੱਲ ਹੈਗੀ ਹੈ ਬਿਕਾਜ਼ ਜਸਟ ਟਿਲ ਨਾਓ ਜੋ ਮੈਂ ਤੁਹਾਨੂੰ ਦੱਸਿਆ ਉਹ ਤੇ ਐਕਸਕਿਊਜ਼ ਸੀ ਜਿਹੜੇ ਇਹਨਾਂ ਨੇ ਆ ਕੇ ਦਿੱਤੇ ਇਹ ਉਹ ਸਫਾਈ ਸੀ ਜਿਹੜੀ ਇਹਨਾਂ ਨੇ ਦਿੱਤੀ ਜਿਹੜੀ ਆਮ ਆਦਮੀ ਪਾਰਟੀ ਦੇ ਵੱਲੋਂ ਮੀਡੀਆ ਨੂੰ ਪ੍ਰੈਸ ਰਿਲੀਜ਼ ਜਾਰੀ ਕਰਕੇ ਔਰ ਸਾਰੀ ਸਫਾਈ ਦਿੱਤੀ ਗਈ ਹੈ ਔਰ ਜਿਹੜੇ ਇਹਨਾਂ ਦੋਨਾਂ ਨੇ ਆ ਕੇ ਇੱਥੇ ਮੀਡੀਆ ਨਾਲ ਗੱਲਬਾਤ ਕੀਤੀ ਹੈ ਉਹ ਹੈਗਾ ਇਹ ਗੱਲ 'ਚ ਕੋਈ ਸ਼ੱਕ ਨਹੀਂ ਕਿ ਜਿਹੜੇ ਰੂਪਨਗਰ ਤੋਂ MLA ਨੇ ਅਮਰਜੀਤ ਸਿੰਘ ਸੰਦੋਆ ਇਹਨਾਂ ਉੱਤੇ ਕ੍ਰਿਮੀਨਲ ਚਾਰਜਸ ਚੱਲਦੇ ਪਏ ਨੇ ਕੁਛ ਹੋਰ ਪੁਰਾਣੇ ਕੇਸ ਨੇ ਔਰ ਜਿਹੜਾ ਮਾਈਨਿੰਗ ਮਾਫੀਆ ਦੇ ਨਾਲ ਜਿਹੜੀ ਝੜਪ ਹੋਈ ਸੀ ਮਾਈਨਿੰਗ ਮਾਫੀਆ ਦੇ ਨਾਲ ਜਿਹੜਾ ਕੁੱਟਮਾਰ ਹੋਈ ਸੀ ਉਹਦਾ ਕੇਸ ਵੀ ਚੱਲਦਾ ਪਿਆ ਐਂਡ ਦਿਸ ਇਜ਼ ਟਰੂ ਦੈਟ ਦੇ ਹੈਵ ਅ ਕ੍ਰਿਮੀਨਲ ਚਾਰਜਸ ਔਨ ਦੈਮ ਐਂਡ ਦੇਰ ਮਾਈਟ ਬੀ ਸਮ ਸਮਥਿੰਗ ਹੈਡ ਗੋਨ ਰੋਂਗ ਔਨ ਦੇਅਰ ਰਿਕਾਰਡਸ ਔਰ ਕੈਨੇਡੀਅਨ ਅਥਾਰਟੀਜ਼ ਨੇ ਉਹ ਵੀ ਉਸ ਵਾਸਤੇ ਵੀ ਪੁੱਛਿਆ ਹੋਣਾ ਇੱਕ ਕ੍ਰਿਮੀਨਲ ਚਾਰਜਸ ਵਾਲੀ ਗੱਲ ਵੀ ਠੀਕ ਹੈ ਔਰ ਟੂ ਸਮ ਐਕਸਟੈਂਟ ਇਹ ਵੀ ਗੱਲ ਜਿਹੜੇ ਲੌਜਿਕ ਹੈ ਦੇ ਰਹੇ ਨੇ ਕਿ ਸਾਡਾ ਪੋਲੀਟੀਕਲ ਔਰ ਪਬਲਿਕ ਟ੍ਰਿਪ ਦਾ ਜਿਹੜਾ ਕਨਫਿਊਜ਼ਨ ਸੀਗਾ ਬਿਕੋਜ਼ ਸਿੰਸ ਦੇ ਆਰ ਪੋਲੀਟੀਕਲ ਲੀਡਰਸ ਦੇ ਬਿਲੋਂਗ ਟੂ ਅ ਪੋਲੀਟੀਕਲ ਪਾਰਟੀ ਤੇ ਉਹਨਾਂ ਨੇ ਪੁੱਛਿਆ ਹੋਣਾ ਕਿ ਤੁਹਾਡਾ ਇੱਥੇ ਆਏ ਹੋ ਤੇ ਤੁਹਾਡਾ ਪੋਲੀਟੀਕਲ ਏਜੰਡਾ ਕੀ ਹੈ ਤੁਹਾਡਾ ਪੋਲੀਟੀਕਲ ਪ੍ਰੋਗਰਾਮ ਕੀ ਹੈ ਦੈਨ ਦੇ ਵਰ ਇੰਟਰਸਟਿੰਗ ਕਿ ਨੋ ਵੀ ਆਰ ਔਨ ਅ ਪਰਸਨਲ ਟ੍ਰਿਪ ਆਈ ਥਿੰਕ ਦੈਟ ਟਸਨ ਵੁੱਡ ਹੈਵ ਗਰੋਨ ਅਪ ਤੇ ਉਹਦੇ ਵਜ੍ਹਾ ਦੇ ਨਾਲ ਇਹ ਆਇਆ ਬਟ ਇਹ ਐਕਸਕਿਊਜ਼ ਤੇ ਆਈ ਦੇ ਰਹੇ ਨੇ ਹੁਣ ਆਮ ਆਦਮੀ ਪਾਰਟੀ ਨੂੰ ਤੇ ਕਹਿੰਦੇ ਨੇ ਕਿ ਬਹਾਨਾ ਚਾਹੀਦਾ ਹੁੰਦਾ ਹਰ ਵਾਰੀ ਨਾਓ ਦੇ ਆਰ ਬਲੇਮਿੰਗ ਮੋਦੀ ਗਵਰਨਮੈਂਟ ਦੇ ਆਰ ਮੋਦੀ ਸੈਂਟਰਲ ਗਵਰਨਮੈਂਟ ਦੇ ਆਰ ਬਲੇਮਿੰਗ ਕਿ ਜੀ ਸਾਨੂੰ ਬਟ ਨੋ ਮਿਸਟਰ ਸ਼ਰਮਾ ਆਈ ਵੁੱਡ ਲਾਈਕ ਟੂ ਨੋ ਸਾਡੀ ਪਾਰਟੀ ਨੂੰ ਬਦਨਾਮ ਕੀਤਾ ਗਿਆ ਲੈਟਸ ਟਾਕ ਅਬਾਊਟ ਪੰਜਾਬ ਆਮ ਆਦਮੀ ਪਾਰਟੀ ਯੂਨਿਟ ਆਰ ਦੇ ਵਰਕਿੰਗ ਵੈਰੀ ਹਾਰਡ ਆਰ ਦੇ ਆਰ ਔਨ ਦੀ ਸੇਮ ਪੇਜ ਵਿਦ ਵੈਨ ਦੇ ਕੇਮ ਟੂ ਯੂ ਨੋ ਇਨ ਟੂ ਪੰਜਾਬ ਪੋਲੀਟਿਕਸ ਐਂਡ ਦੇ ਸੈਡ ਕਿ ਵੀ ਵਿਲ ਮੇਕ ਪੰਜਾਬ ਕਲੀਨ and we will make Punjab more beautiful, the kind of you know the sentiments which was there with Punjabis, they have, if we talk about, they have think about Punjab Aam Aadmi Party, they have voted Punjab Aadmi Party, that's why we have so many MLAs and promise unhone kita si ki assi Punjab da bhavikh bahut sunehra kar davange ki aj vi oh usi page de utte hege ya fir thodi ji digma gayi hai ya fir waqai Punjab da Aam Aadmi Party da jehda jhadu hai teela teela ho gaya ਦੇਖੋ ਆਮ ਆਦਮੀ ਪਾਰਟੀ ਜਿਸ ਤਰ੍ਹਾਂ ਇੱਕ ਅਲਟਰਨੇਟਿਵ ਦੇ ਤੌਰ ਤੇ ਜਿਸ ਤਰ੍ਹਾਂ ਇੱਕ ਨਵੀਂ ਸ਼ਕਤੀ ਦੇ ਤੌਰ ਤੇ ਇਹਨਾਂ ਨੇ ਆਪਣੇ ਆਪ ਨੂੰ ਪ੍ਰੋਜੈਕਟ ਕੀਤਾ ਸੀਗਾ ਬਟ ਆਈ ਐਮ ਕੰਸੀਡਰਿੰਗ ਦੇਅਰ ਪੂਅਰ ਪੋਲ ਪਰਫਾਰਮੈਂਸ ਇਨ ਦੀ ਲੋਕ ਸਭਾ ਇਲੈਕਸ਼ਨ ਐਂਡ ਦੈਨ ਇਨ ਦੀ ਤੁਸੀਂ ਲੋਕ ਸਭਾ ਇਲੈਕਸ਼ਨ ਤੋਂ ਮੈਨੂੰ ਯਾਦ ਦਿਲਵਾਇਆ ਮਿਸਟਰ ਸ਼ਰਮਾ ਵਿਧਾਨ ਸਭਾ ਇਲੈਕਸ਼ਨ ਆ ਗਏ ਇੱਕ ਲੋਕ ਸਭਾ ਇਲੈਕਸ਼ਨ ਮੈਨੂੰ ਯਾਦ ਆ ਰਿਹਾ ਇਹ ਵੀ ਮੀਡੀਆ ਰਿਪੋਰਟਸ ਆ ਰਹੀਆਂ ਹਨ ਕਿ ਹੁਣ ਕਾਂਗਰਸ ਦੇ ਨਾਲ ਰਲ ਕੇ ਲੋਕ ਸਭਾ ਇਲੈਕਸ਼ਨ ਜਿਹੜੀ ਹੈ ਪੰਜਾਬ ਆਪ ਕਰਨ ਜਾ ਰਹੀ ਹੈ ਹਾਂਜੀ ਹਾਂਜੀ ਇਹ ਵੀ ਨਵੀਂ ਇੱਕ ਬੈਸਟ ਅੱਜ ਪੋਲੀਟੀਕਲ ਸਾਰਾ ਦਿਨ ਰਾਜਨੀਤਿਕ ਸਰਵਿਸ ਦਾਇਰੇ 'ਚ ਚੱਲਦੀ ਰਹੀ ਹੈ ਬਟ ਜਿਸ ਤਰ੍ਹਾਂ ਤੁਸੀਂ ਮੈਨੂੰ ਪੁੱਛਿਆ ਕਿ ਆਮ ਆਦਮੀ ਪਾਰਟੀ ਇਜ਼ ਡੂਇੰਗ ਵਾਟ ਇਨ ਪੰਜਾਬ ਮੈਂ ਤੁਹਾਨੂੰ ਦੱਸਦਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਕਿਆ ਕਮਜ਼ੋਰੀ ਸ਼ੁਰੂ ਤੋਂ ਰਹੀ ਜੋ ਅਸੀਂ ਮੀਡੀਆ ਦੇ ਵਿੱਚ ਬਹਿ ਕੇ ਐਨਾਲਾਈਜ਼ ਕਰਦੇ ਹਾਂ ਉਹਨਾਂ ਦਾ ਕਿ ਇਟ ਕੁਡ ਹੈਵ ਬੀਨ ਅ ਵੈਰੀ ਗੁੱਡ ਅਲਟਰਨੇਟਿਵ ਜਾਂ ਕੁਛ ਅਲਟਰਨੇਟਿਵ ਦੇ ਤੌਰ ਤੇ ਹੋ ਸਕਦੇ ਸੀ ਬਟ ਡਿਊ ਟੂ ਦੇਅਰ ਪੂਅਰ ਮੈਨੇਜਮੈਂਟ ਡਿਊ ਟੂ ਦੇਅਰ ਲੈਕ ਆਫ ਲੈਟਸ ਸੇ ਗਰਾਊਂਡ ਵਰਕ ਲੈਕ ਆਫ ਕਮਿਊਨੀਕੇਸ਼ਨ ਵਿਦ ਦੀ ਵਰਕਰਸ ਐਂਡ ਦੀ ਵੋਟਰਸ ਇਹਨਾਂ ਦੀ ਪੂਅਰ ਪਰਫਾਰਮੈਂਸ ਉਹ ਰਹੀ ਨਹੀਂ ਜਿਹਨਾਂ ਜਿਹੜੇ ਵੱਡੇ ਵੱਡੇ ਵਾਅਦੇ ਕਰਕੇ ਚੋਣਾਂ 'ਚ ਉਤਰੇ ਸੀਗੇ ਉਹ ਉਸ ਹਿਸਾਬ ਨਾਲ ਉਹਨਾਂ ਦਾ ਉਹ ਨਹੀਂ ਰਿਹਾ ਦੂਸਰਾ ਇੱਕ ਐਸੀ ਕਿ ਆਮ ਆਦਮੀ ਪਾਰਟੀ ਇਜ਼ ਬੀਇੰਗ ਅ ਥਰਡ ਅਲਟਰਨੇਟਿਵ ਜਾਂ ਕੁਛ ਸੀਗਾ ਇਹਨਾਂ ਦੀ ਆਪਣੀ ਕੁਛ ਐਸੀ ਮਿਸਫੋਰਚੂਨ ਰਹੀ ਇਹਨਾਂ ਦੇ ਆਪਣੇ ਪੋਲੀਟੀਕਲ ਜਿਹੜੇ ਲੀਡਰਸ ਨੇ ਉਹਨਾਂ ਦੀ ਕਾਰਗੁਜ਼ਾਰੀਆਂ ਐਸੀਆਂ ਰਹੀਆਂ ਕਿ ਇਹਨਾਂ ਨੇ ਇਹ ਸੁਰਖੀਆਂ 'ਚ ਬਣੇ ਰਹੇ ਔਰ ਵਿਵਾਦਾਂ ਵਿੱਚ ਪਾਰਟੀ ਸ਼ੁਰੂ ਤੋਂ ਹੀ ਘਿਰੀ ਰਹੀ ਹੈ ਪੰਜਾਬ ਦੇ ਵਿੱਚ ਤੁਸੀਂ ਇਹ ਦੇਖੋ ਇੱਕ ਤੋਂ ਬਾਅਦ
ਬਾਅਦ ਇੱਕ ਨਵੀਂ ਕੰਟਰੋਵਰਸੀ ਹੁੰਦੀ ਹੈ, ਪਹਿਲਾਂ ਭਗਵੰਤ ਮਾਨ ਵਾਲਾ ਝਗੜਾ ਸ਼ੁਰੂ ਹੋਇਆ, ਉਸ ਤੋਂ ਬਾਅਦ ਹੁਣ ਜਿਹੜਾ ਸੁਖਪਾਲ ਸਿੰਘ ਖਹਿਰਾ ਨੇ, ਸੁਖਪਾਲ ਸਿੰਘ ਖਹਿਰਾ ਨੇ ਹਾਲੇ 2 ਦਿਨ ਪਹਿਲਾਂ ਹੀ ਫੇਸਬੁੱਕ ਤੇ ਆਪਣਾ ਵੀਡੀਓ ਉਹਨਾਂ ਨੇ ਲਾਈਵ ਕਰਕੇ ਕਿਹਾ ਕਿ ਜੀ ਉਹਨਾਂ ਨੇ ਕਿਹਾ ਕਿ ਕੋਈ ਮੇਰੀ ਹੀ ਪਾਰਟੀ ਦੇ ਵਿੱਚ ਸਾਜਿਸ਼ ਰਚ ਰਿਹਾ ਮੈਨੂੰ ਇੱਥੋਂ ਮੇਰੀ ਪੋਸਟ ਤੋਂ ਹਟਾਉਣ ਵਾਸਤੇ। ਹੀ ਹੈਡ ਬਲੇਮਡ ਔਨ ਦੀ ਜਿਹੜਾ ਇਹਨਾਂ ਦਾ ਕੋ ਪ੍ਰੈਜ਼ੀਡੈਂਟ ਹੈਗਾ ਡਾਕਟਰ ਬਲਵੀਰ ਸਿੰਘ, ਉਹਦੇ ਉੱਤੇ ਇਲਜ਼ਾਮ ਲਗਾਏ। ਦੈਨ ਡਾਕਟਰ ਬਲਵੀਰ ਸਿੰਘ ਹੁਣ ਮੀਡੀਆ 'ਚ ਸਫਾਈਆਂ ਦਿੰਦੇ ਫਿਰਦੇ ਕਿ ਜੀ ਮੈਂ ਐਸਾ ਕੁਛ ਨਹੀਂ ਕਿਹਾ, ਬਟ ਸੁਖਪਾਲ ਸਿੰਘ ਖਹਿਰਾ ਮਤਲਬ ਉਹੀ ਗੱਲ ਹੋ ਗਈ ਕਿ ਇਹਨਾਂ ਦੇ ਆਪਣੇ ਸਿਆਸਤ ਸਿਆਸੀ ਮਤਭੇਦ ਦੇ ਕਾਰਨ ਹੁਣ ਜਿਹੜੇ ਪੰਜਾਬ ਦੇ ਮੁੱਦੇ ਨੇ ਉਹ ਦਬ ਗਏ, ਜਿਨ੍ਹਾਂ ਜਿਸ ਕਰਕੇ ਹੁਣ ਦੇ ਵਿੱਚ ਆਏ ਸੀਗੇ। ਪੰਜਾਬੀ ਦੇ ਵਿੱਚ ਕਹਿੰਦੇ ਨੇ ਕਿ ਪਹਿਲਾਂ ਆਪਣੇ ਘਰ ਦੇ ਝਗੜੇ ਤੇ ਨਿਪਟਾ ਦੇਣ, ਬਿਕੋਜ਼ ਦੇ ਲੋਟ ਆਫ ਦੇ ਹਰ ਐਵੀ ਆਲ ਦ ਲੀਡਰਸ ਹੈਵ ਈਗੋ ਟਸਲਸ। ਇਹਨਾਂ ਦੇ ਰੋਜ਼ ਕੋਈ ਨਾ ਕੋਈ ਨਵਾਂ, ਮਤਲਬ ਪੰਜਾਬੀ 'ਚ ਕਹਿੰਦੇ ਕੋਈ ਸਿਆਪਾ ਪਿਆ ਹੁੰਦਾ ਹੈ। ਇਹਨਾਂ ਹੁਣ ਜਿਸ ਤਰ੍ਹਾਂ ਹੁਣ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਜੀ ਮੇਰੇ ਖਿਲਾਫ਼ ਕੌਨਸਪਰੇਸੀ ਹੋ ਰਹੀ ਹੈ, ਬੈਕ ਸਟੈਬਿੰਗ ਹੋ ਰਹੀ ਹੈ, ਕਰੈਕਟਰ ਅਸੈਸੀਨੇਸ਼ਨ ਹੋ ਰਹੇ ਨੇ, ਤੇ ਇਸ ਲੈਵਲ ਤੇ ਐਟ ਦ ਲੈਵਲ ਆਫ ਸੁਖਪਾਲ ਸਿੰਘ ਖਹਿਰਾ ਹਿਮਸੈਲਫ, ਹੂ ਇਜ਼ ਦੀ ਸੀਨੀਅਰ ਲੀਡਰ ਆਫ ਦ ਪਾਰਟੀ ਇਨ ਪੰਜਾਬ, ਹੂ ਕੇਮ ਫਰੋਮ ਕਾਂਗਰਸ ਐਂਡ ਨਾਓ ਵਿਦ ਆਮ ਆਦਮੀ ਪਾਰਟੀ, ਮੇਰੇ ਖਿਲਾਫ਼ ਸਾਜਿਸ਼ ਹੋ ਰਹੀ ਹੈ, ਮੇਰੇ ਖਿਲਾਫ਼ ਇਹ ਹੋ ਰਿਹਾ। ਇਹ ਵੀ ਹੋਇਆ ਕਿ ਜਿਹੜਾ ਡਾਕਟਰ ਬਲਬੀਰ ਸਿੰਘ ਹੈ ਇਹਦੀ ਕਾਰਗੁਜ਼ਾਰੀ ਨੂੰ ਲੈ ਕੇ ਕਈ ਲੋਕਾਂ ਨੇ ਸਵਾਲ ਚੁੱਕੇ ਨੇ, ਔਰ ਹੁਣੇ 15 ਜੁਲਾਈ ਨੂੰ ਹੀ 15 ਤਰੀਕ ਨੂੰ ਹੀ ਆਮ ਆਦਮੀ ਪਾਰਟੀ ਦੇ ਕਈ ਸੀਨੀਅਰ ਲੀਡਰ ਪਾਰਟੀ ਛੱਡ ਕੇ ਜਾ ਚੁੱਕੇ ਨੇ, ਉਹਨਾਂ ਨੇ ਬਲਵੀਰ ਸਿੰਘ ਉੱਤੇ ਮਨਮਰਜ਼ੀਆਂ ਕਰਨ ਦਾ ਆਰੋਪ ਲਗਾਇਆ। ਇੱਕ ਮਿਸਟਰ ਸ਼ਰਮਾ, ਮੈਂ ਇੱਥੇ ਇੱਕ ਗੱਲ ਹੋਰ ਵੀ ਪੁੱਛਣਾ ਚਾਹਾਂਗਾ। ਕਈ ਮੀਡੀਆ ਰਿਪੋਰਟਸ ਇਹ ਵੀ ਕਹਿੰਦੀਆਂ ਹਨ, ਔਰ ਇਹ ਬਿਆਨ ਵੀ ਜਿਹੜੇ ਪਾਰਟੀ ਛੱਡ ਕੇ ਜਾ ਚੁੱਕੇ ਨੇ ਆਮ ਆਦਮੀ ਪਾਰਟੀ, ਜਿਹੜੇ ਕਈ ਲੀਡਰ ਸਨ, ਚਾਹੇ ਉਹ ਪ੍ਰਸ਼ਾਂਤ ਭੂਸ਼ਣ ਹੋਣ, ਚਾਹੇ ਉਹ ਤੁਹਾਡੇ ਛੋਟੇਪੁਰ ਹੋਣ, ਮੈਂ ਅਗਰ ਆਪ ਪੰਜਾਬ ਆਪ ਦੀ ਗੱਲ ਕਰਾਂ ਤਾਂ ਛੋਟੇਪੁਰ ਹੋਣ, ਧਰਮਵੀਰ ਗਾਂਧੀ ਹੋਣ, ਉਹ ਕਹਿੰਦੇ ਹਨ ਕਿ ਕਿੱਥੇ ਨਾ ਕਿੱਥੇ ਕਾਰਗੁਜ਼ਾਰੀ ਜਿਸ ਕਰਕੇ ਆਮ ਆਦਮੀ ਪਾਰਟੀ ਦੇ ਉੱਤੇ ਉਹਨਾਂ ਨੇ ਵੀ ਵਿਸ਼ਵਾਸ ਜਤਾਇਆ ਸੀਗਾ, ਲੇਕਿਨ ਉਹ ਉਸ ਤੋਂ ਦੂਰ ਜਾ ਰਹੀ ਹੈ। ਔਰ ਕਿਤੇ ਨਾ ਕਿਤੇ ਇਹ ਵੀ ਇਲਜ਼ਾਮ ਲਗਾਉਂਦੇ ਹਨ ਕਿ ਅਰਵਿੰਦ ਕੇਜਰੀਵਾਲ ਡਿਕਟੇਟਰਸ਼ਿਪ ਨੇ, ਜੋ ਕਹਿੰਦੇ ਨੇ ਉਹੀ ਹੁੰਦਾ, ਕਿ ਅਜਿਹੀ ਵੀ ਕੋਈ ਗੱਲ ਹੈ? ਦੇਖੋ ਅਰਵਿੰਦ ਕੇਜਰੀਵਾਲ ਜਿਹੜੇ ਹੈਗੇ ਨੇ ਉਹਨਾਂ ਦੇ ਉੱਤੇ ਵੀ ਇਲਜ਼ਾਮ ਲਗਾਏ ਕਿ ਇਹਨਾਂ ਨੇ ਡਿਕਟੇਟਰਸ਼ਿਪ ਕੀਤੀ, ਉਸ ਤੋਂ ਬਾਅਦ ਪਾਰਟੀ ਦੀ ਸਾਰੀ ਜਿਹੜੀ ਕਮਾਂਡ ਹੁਣ ਪੰਜਾਬ ਦੇ ਵਿੱਚ ਮਨੀਸ਼ ਸਿਸੋਦੀਆ ਦੇ ਹੱਥ 'ਚ ਦਿੱਤੀ ਹੈ। ਬਟ ਆਈ ਸਟਿਲ ਫੀਲ ਐਜ਼ ਜੋ ਅਸੀਂ ਪਾਰਟੀ ਨੂੰ ਐਨਲਾਈਜ਼ ਕੀਤਾ ਕਿ ਪਾਰਟੀ ਆਮ ਆਦਮੀ ਪਾਰਟੀ ਦੇ ਸੁਪਨੇ ਵੱਡੇ ਵੱਡੇ ਨੇ ਪੰਜਾਬ ਦੇ ਵਿੱਚ, ਪਹਿਲਾਂ ਵੀ ਸੀਗੇ ਹੁਣ ਵੀ ਉਹ ਦੇਖ ਰਹੇ ਹੋਣੇ ਆ, ਬਟ ਇਹਨਾਂ ਦੀ ਜਿਹੜੀ ਪੂਰੀ ਲੀਡਰਸ਼ਿਪ ਹੈ ਦੇ ਆਰ ਆਲਰੇਡੀ ਇਨ ਕੰਟਰੋਵਰਸੀਜ਼, ਦੇ ਆਰ ਆਲਰੇਡੀ ਇਨ ਈਗੋ ਟਸਲਸ, ਇਹ ਪੂਰਾ ਇਹਨਾਂ ਦਾ ਮੋਰਲ ਡਿੱਗਿਆ ਹੋਇਆ ਅੱਜ ਦੀ ਡੇਟ ਤੇ। ਕਿਆ ਆਪਾਂ ਇਹ ਵੀ ਕਹਿ ਸਕਦੇ ਹਨ, ਆਪਾਂ ਇਹ ਵੀ ਕਹਿ ਸਕਦੇ ਹਨ ਆਮ ਆਦਮੀ ਪਾਰਟੀ ਕੰਮ ਤਾਂ ਅੱਛਾ ਕਰਨਾ ਚਾਹੁੰਦੀ ਹੈ, ਲੇਕਿਨ ਜਿਹੜੀ ਓਪੋਜੀਸ਼ਨ ਪਾਰਟੀਆਂ ਹਨ ਯਾਨੀ ਕਿ ਕਾਂਗਰਸ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ, ਉਹ ਪੰਜਾਬ ਦੇ ਵਿੱਚ ਇਹਨਾਂ ਨੂੰ ਰਹਿਣ ਨਹੀਂ ਦੇ ਰਹੀ, ਕੰਮ ਨਹੀਂ ਕਰਨ ਦੇ ਰਹੀ, ਇਹ ਕਹਿ ਸਕਦੇ ਹਾਂ ਅਸੀਂ? ਨਹੀਂ, ਇਹ ਗੱਲ ਨਹੀਂ ਹੈ, ਇਹ ਨਹੀਂ ਕਹਿ ਸਕਦੇ, ਪਤਾ ਕਿ ਦੇ ਹੈਵ, ਮੈਂ ਖੁਦ ਐਜ਼ ਅ ਜਰਨਲਿਸਟ ਮੈਂ ਤਾਂ ਗੱਲ ਕਰਨਾ ਚਾਹਾਂਗਾ ਕਿ ਇਹਨਾਂ ਦੇ ਆਪਣੇ ਝਗੜੇ ਬੜੇ ਨੇ, ਵਾਈ ਦੇ ਆਰ ਬਲੇਮਿੰਗ। ਹੁਣ ਕੇਜਰੀਵਾਲ ਸਰਕਾਰ ਅਗਰ ਦਿੱਲੀ 'ਚ ਕੋਈ ਨਾਕਾਮ ਹੁੰਦੀ ਹੈ ਤੇ ਉਹ ਐਲਜੀ ਦਾ ਨਾਂ ਲਾ ਲੈਂਦੀ ਹੈ, ਕਦੀ ਮੋਦੀ ਸਰਕਾਰ ਦਾ ਨਾਂ ਲੈਂਦੀ ਹੈ। ਔਨ ਦਾ ਗਰਾਊਂਡ ਵਰਕ ਦੇ ਆਰ ਲੋਟ ਆਫ ਥਿੰਗਸ ਵਿਚ ਆਰ ਨਾਟ ਹੈਪਨਿੰਗ ਇਨ ਦਿੱਲੀ, ਅਸੀਂ ਦਿੱਲੀ ਦੀ ਵੀ ਪੋਲਿਟਿਕਸ ਨੂੰ ਦੇਖਦੇ ਹਾਂ। ਹੁਣ ਇਹ ਪੰਜਾਬ ਦੇ ਵਿੱਚ ਵੀ ਹੈ ਕਿ ਦੇ ਆਲਵੇਜ਼ ਫਾਈਂਡ ਐਨ ਐਕਸਕਿਊਜ਼, ਇੱਕ ਬਹਾਨਾ ਚਾਹੀਦਾ ਹੁੰਦਾ ਇਹਨਾਂ ਨੂੰ ਕਿ ਸਾਨੂੰ ਸਾਡੇ ਖਿਲਾਫ਼ ਤੈਅ ਹੋ ਗਿਆ। ਫਸਟ ਤੁਸੀਂ ਆਪਣੇ ਗਿਰੇਬਾਨ 'ਚ ਝਾਕ ਕੇ ਤੇ ਦੇਖੋਗੇ ਤੁਹਾਡੇ MLA ਦੇ ਵਿੱਚ ਬਾਕੀ ਕਿਆ ਕ੍ਰਿਮੀਨਲ ਚਾਰਜਸ ਨੇ, ਜਾਂ ਉਹਨਾਂ ਦੇ ਬਾਕੀ ਉਹਨਾਂ ਦੇ ਚੱਲ ਹੀ ਰਹੇ ਨੇ ਤੇ ਸਾਰੀ ਦੁਨੀਆ ਜਾਣਦੀ ਹੈ। ਚਲੋ ਪ੍ਰੋਸੀਡਿੰਗ, ਵਿਲ ਟਾਕ ਮੋਰ ਔਨ ਦਿਸ, ਉਸ ਤੋਂ ਬਾਅਦ ਡੈਫੀਨੇਟਲੀ ਮਿਸਟਰ ਸ਼ਰਮਾ ਵਿਲ ਟਾਕ ਮੋਰ ਔਨ ਦਿਸ, ਜਸਟ ਆਈ ਹੈਵ ਟੂ ਵੇਟ ਫਾਰ ਅ ਸਮਾਲ ਬ੍ਰੇਕ ਐਂਡ ਵਿਲ ਡੈਫੀਨੇਟਲੀ ਟਾਕ ਅਬਾਊਟ ਪੰਜਾਬ ਆਮ ਆਦਮੀ ਪਾਰਟੀ। ਇੱਕ ਨਿੱਕੇ ਜਿਹੇ ਵਕਫੇ ਰੁਕ ਰਹੇ ਹਾਂ, ਵਕਫੇ ਤੋਂ ਬਾਅਦ ਵੀ ਅਸੀਂ ਅੱਜ ਦੇ ਮੁੱਦੇ ਦੇ ਵਿੱਚ ਇਸ ਬਹਿਸ ਨੂੰ ਬਦਸਤੂਰ ਜਾਰੀ ਰੱਖਿਆ ਹੋਇਆ।